ਕਾਦੀਆਂ ਹਲਕੇ ਦੇ ਕਈ ਨੌਜਵਾਨ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਆਪ ਆਗੂ ਜਗਰੂਪ ਸਿੰਘ ਸੇਖਵਾਂ ਵੱਲੋਂ ਪਾਰਟੀ ਵਿੱਚ ਨਵੇਂ ਆਏ ਵਰਕਰਾਂ ਦਾ ਸਰੂਪਾ ਪਾ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਲੋਕ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਵਾਅਦੇ ਚੋਣਾਂ ਤੋਂ ਪਹਿਲਾਂ ਕੀਤੇ ਸਨ ਉਹ ਪੂਰੇ ਹੋ ਰਹੇ ਹਨ, ਜਿਸ ਦੇ ਚੱਲਦੇ ਲੋਕ ਬੇਹੱਦ ਖੁਸ਼ ਹਨ ਅਤੇ ਆਮ ਆਦਮੀ ਪਾਰਟੀ ਜੁਆਇਨ ਕਰ ਰਹੇ ਹਨ। ਅਸੀਂ ਜਾਪੂਵਾਲ ਪਿੰਡ 'ਚ ਖੜ੍ਹੇ ਹਾਂ। ਇੱਥੇ ਬੜੀ ਵੱਡੀ ਗਿਣਤੀ 'ਚ ਨੌਜਵਾਨ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ ਆ। ਇਹ ਤੋਂ ਪਹਿਲਾਂ ਅਸੀਂ ਬੰਦਿਆਂਵਾਲੀ ਪਿੰਡ ਦੇ ਵਿੱਚ ਬਹੁਤ ਸਾਰੇ ਪਰਿਵਾਰ ਜਿਹੜੇ ਆ ਜੁਆਇਨ ਕਰਵਾ ਕੇ ਆਏ ਹਾਂ। ਔਰ ਇਹ ਤੋਂ ਪਹਿਲਾਂ ਅੱਜ ਮੈਂ ਪਠਾਨਕੋਟ ਗਿਆ ਸੀ, ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਸੁਜਾਨਪੁਰ ਹਲਕੇ ਦੇ ਸ਼ਾਮਿਲ ਹੋਏ ਸੀਗੇ। ਸੋ ਇੱਕ ਹੜ੍ਹ ਆ ਰਿਹਾ ਵਾ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ, ਔਰ ਲੋਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਡੇਲੀ ਜਿਹੜਾ ਵਾ ਉਹ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਰਹੇ ਆ। ਇਹਦਾ ਸਭ ਤੋਂ ਵੱਡਾ ਜਿਹੜਾ ਕਾਰਨ ਆ ਉਹ ਜਿਹੜੇ ਸਾਡੇ ਮੁੱਖ ਮੰਤਰੀ ਨੇ ਭਗਵੰਤ ਸਿੰਘ ਮਾਨ, ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜੀ ਸਰਕਾਰ ਚੱਲ ਰਹੀ ਆ ਬੜੇ ਵਧੀਆ ਢੰਗ ਦੇ ਨਾਲ ਜਿਹੜੇ ਆ ਉਹ ਕੰਮ ਕੀਤੇ ਜਾ ਰਹੇ ਆ। ਖਾਸ ਕਰਕੇ ਨੌਜਵਾਨ ਵਰਗ ਨੂੰ ਜਿਸ ਤਰ੍ਹਾਂ 40,000 ਦੇ ਕਰੀਬ ਨੌਕਰੀਆਂ ਦਿੱਤੀਆਂ ਗਈਆਂ ਨੇ। ਬਿਜਲੀ ਦੀ ਜੇ ਗੱਲ ਕਰਾਂ ਤਾਂ 0 ਬਿੱਲ 90% ਲੋਕਾਂ ਦਾ ਪੰਜਾਬ ਦੇ ਪੇਂਡੂ ਖੇਤਰ ਦੇ ਵਿੱਚ ਆ ਰਿਹਾ ਵਾ। ਨੌਜਵਾਨਾਂ ਨੂੰ ਜੋੜਨ ਦੇ ਲਈ ਖੇਡਾਂ ਵਤਨ ਪੰਜਾਬ ਦੀਆਂ ਦਾ ਦੁਬਾਰਾ ਦੂਜਾ ਪੜਾਅ ਕਰਾਇਆ ਜਾ ਰਿਹਾ। ਜੇ ਹੈਲਥ ਦੀ ਗੱਲ ਕਰਾਂ ਤਾਂ ਨਵੇਂ ਮੁਹੱਲਾ ਕਲੀਨਿਕ ਜਿਹੜੇ ਆ ਉਹ ਖੋਲ੍ਹੇ ਜਾ ਰਹੇ ਆ, ਕਰੀਬ 600 ਦੀ ਗਿਣਤੀ ਹੋ ਚੁੱਕੀ ਆ। ਮਤਲਬ ਕਹਿਣ ਦਾ ਭਾਅ ਕਿ ਹਰ ਵਰਗ ਨੂੰ ਜਿਹੜੀਆਂ ਨੇ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਔਰ ਬੜੇ ਪਾਰਦਰਸ਼ੀ ਢੰਗ ਦੇ ਨਾਲ ਸਰਕਾਰ ਕੰਮ ਕਰ ਰਹੀ ਆ, ਜਿਹਦੇ ਕਰਕੇ ਲੋਕ ਜਿਹੜੇ ਆ ਸਰਕਾਰ ਦੀਆਂ ਪਾਲਸੀਆਂ ਤੋਂ ਖੁਸ਼ ਹੋ ਕੇ, ਗਵਰਨੈਂਸ ਤੋਂ ਖੁਸ਼ ਹੋ ਕੇ ਹੁੰਮ ਹੁਮਾ ਕੇ ਆਮ ਆਦਮੀ ਪਾਰਟੀ 'ਚ ਸ਼ਮੂਲੀਅਤ। ਦੇਖੋ ਇਹ ਫਰਕ ਆ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਅਤੇ ਦੂਜੀਆਂ ਸਰਕਾਰਾਂ ਦਾ। ਪਹਿਲਾਂ ਹੁੰਦਾ ਸੀ ਕਿਤੇ ਹੜ੍ਹ ਆਉਣੇ ਅਤੇ ਲੋਕਾਂ ਨੇ 6-6 ਮਹੀਨੇ ਸਾਲ ਦਫ਼ਤਰਾਂ ਦੇ ਗੇੜੇ ਕੱਢ ਕੱਢ ਕੇ ਜੁੱਤੀਆਂ ਘਸਾ ਲੈਣੀਆਂ, ਪਰ ਉਹਨਾਂ ਨੂੰ ਜਿਹੜਾ ਮੁਆਵਜ਼ਾ ਨਹੀਂ ਸੀ ਮਿਲਦਾ ਹੁੰਦਾ। ਪਰ ਇਹ ਮਾਨ ਸਾਹਿਬ ਦੀ ਸਰਕਾਰ ਆ ਜਿੱਥੇ ਉਹਨਾਂ ਨੇ ਟਾਈਮ ਬਾਊਂਡ ਕਰਤਾ ਕਿ ਹਫ਼ਤੇ ਦੇ ਵਿੱਚ ਜਾਂ ਲੇਟ ਤੋਂ ਲੇਟ 15 ਦਿਨਾਂ ਦੇ ਵਿੱਚ ਜਿਹੜਾ ਵਾ ਮੁਆਵਜ਼ਾ ਕਿਸਾਨਾਂ ਨੂੰ ਦਿੱਤਾ ਜਾਵੇ। ਸੋ ਇਸੇ ਕਰਕੇ ਕੱਲ੍ਹ ਤੁਸੀਂ ਵੇਖਿਆ ਹੋਣਾ ਧਾਲੀਵਾਲ ਸਾਹਿਬ ਇੱਧਰ ਦੀਨਾਨਗਰ ਹਲਕੇ 'ਚ ਕੱਲ੍ਹ ਆਏ ਸੀਗੇ ਔਰ ਕਿਸਾਨਾਂ ਨੂੰ ਜਿਹੜਾ ਵਾ ਆਪਣੇ ਜਿਹੜੇ ਆਮ ਲੋਕ ਸੀ ਹਰ ਪ੍ਰਭਾਵਿਤ ਲੋਕ ਸੀਗੇ ਉਹਨਾਂ ਨੂੰ ਜਿਹੜਾ ਮੁਆਵਜ਼ਾ ਜਿਹੜਾ ਵਾ ਉਹ ਦੇ ਕੇ ਗਏ। ਬੜਾ ਇਨਕਲਾਬੀ ਜਿਹੜਾ ਫੈਸਲਾ ਵਾ ਮਾਨ ਸਾਹਿਬ ਨੇ ਲਿਆ ਵਾ, ਕਿਉਂਕਿ ਇਹ ਜਿਹੜਾ ਵਰਗ ਆ ਪਟਵਾਰੀ ਵਰਗ ਇਹਨਾਂ ਨੇ ਲੋਕਾਂ ਦਾ ਬੜਾ ਸ਼ੋਸ਼ਣ ਕੀਤਾ ਅਜੇ ਔਰ ਅਜੇ ਵੀ ਸੁਚੱਜੇ ਢੰਗ ਨਾਲ ਜਿਹੜਾ ਵਾ ਕੰਮ ਨਹੀਂ ਕੀਤਾ ਜਾ ਰਿਹਾ ਅਤੇ ਇਹ ਉਲਟਾ ਜਿਹੜਾ ਵਾ ਸਰਕਾਰ ਨੂੰ ਦਬਾਉਣਾ ਚਾਹੁੰਦੇ ਆ। ਪਰ ਮਾਨ ਸਾਹਿਬ ਜਿਹੜੇ ਆ ਇੱਕ ਇਮਾਨਦਾਰ ਲੀਡਰ ਨੇ ਔਰ ਧੜੱਲੇਦਾਰ ਲੀਡਰ ਨੇ, ਕਿਸੇ 'ਤੇ ਦੱਬਣ ਵਾਲੇ ਨਹੀਂ ਗਏ ਔਰ ਉਹਨਾਂ ਨੇ ਜਵਾਬ ਦੇ ਦਿੱਤਾ ਵਾ ਕਿ ਜੇ ਪਟਵਾਰੀਆਂ ਨੇ ਐਕਸਟਰਾ ਸਰਕਲ 'ਚ ਕੰਮ ਨਹੀਂ ਕਰਨਾ ਅਤੇ ਜਿਹੜੇ ਟ੍ਰੇਨਿੰਗ 'ਤੇ ਪਟਵਾਰੀ ਸੀ ਉਹਨਾਂ ਨੂੰ ਉਹਨਾਂ ਐਕਸਟਰਾ ਸਰਕਲਾਂ ਦੇ ਵਿੱਚ ਕੰਮ ਦਿੱਤਾ ਜਾਊਗਾ ਔਰ ਜੇ ਇਹਨਾਂ ਨੇ ਆਪਣੇ ਸਰਕਲਾਂ 'ਚ ਵੀ ਕੰਮ ਨਹੀਂ ਕਰਨਾ ਤਾਂ ਬਹੁਤ ਸਾਰੇ ਪੰਜਾਬ ਦੇ ਨੌਜਵਾਨ ਪੜ੍ਹੇ ਲਿਖੇ ਹੋਣਹਾਰ ਮੌਜੂਦ ਨੇ ਜਿਹੜੇ ਇਹਨਾਂ ਦੀਆਂ ਕਲਮਾਂ ਫੜ ਕੇ ਕੰਮ ਕਰਨ ਨੂੰ ਤਿਆਰ। ਦੇਖੋ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਵੀ ਆ ਰਹੀ ਆ, ਜਿਹਦੇ ਤਹਿਤ ਤੁਸੀਂ ਵੇਖੋ ਬੱਚਿਆਂ ਨੂੰ ਜਿਹੜਾ ਵਾ ਇੱਕ ਇਹੋ ਜਿਹਾ ਇਨਵਾਇਰਮੈਂਟ ਦਿੱਤਾ ਜਾ ਰਿਹਾ ਕਿ ਜਿੱਥੇ ਪ੍ਰਾਈਵੇਟ ਸਕੂਲ ਦੇ ਬੱਚੇ ਵੀ ਕਦੀ ਇੱਥੇ ਨਹੀਂ ਗਏ ਹੋਣੇ, ਜਿੱਥੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਸਰਕਾਰ ਲੈ ਕੇ ਜਾ ਰਹੀ ਆ ਔਰ ਜਿਹੜੇ ਪ੍ਰਿੰਸੀਪਲ ਨੇ ਉਹਨਾਂ ਨੂੰ ਸਿੰਗਾਪੁਰ ਨੈਦਰਲੈਂਡਸ ਜਾਂ IIT ਜਿਹੜੇ ਅਹਿਮਦਾਬਾਦ ਦੀਆਂ ਨੇ ਉੱਥੇ ਟ੍ਰੇਨਿੰਗ ਦਿੱਤੀ ਜਾ ਰਹੀ ਆ ਤਾਂ ਕਿ ਜਿਹੜਾ ਵਿਸ਼ਵ ਪੱਧਰੀ ਐਜੂਕੇਸ਼ਨ ਦਾ ਜਿਹੜਾ ਮਾਡਲ ਆ ਉਹ ਅਸੀਂ ਪੰਜਾਬ 'ਚ ਲਿਆਈਏ ਔਰ ਜਿਹੜੇ ਸਾਡੇ ਬੱਚੇ ਨੇ ਗਰੀਬ ਘਰਾਂ ਦੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਆ ਉਹਨਾਂ ਦਾ ਜਿਹੜਾ ਐਜੂਕੇਸ਼ਨ ਦਾ ਮਿਆਰ ਆ ਉਹ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨਾਲੋਂ ਵੀ ਵਧੀਆ ਕੀਤਾ ਜਾਵੇ। 24,000 ਰੁਪਇਆ ਜਿਹੜਾ ਵਾ ਉਹ ਜਲਦੀ ਦਿੱਤਾ ਜਾਊਗਾ, ਕਿਉਂਕਿ ਪੰਜਾਬ ਸਰਕਾਰ ਅਤੇ ਜਿਹੜੀਆਂ ਪੁਰਾਣੀਆਂ ਸਰਕਾਰਾਂ ਨੇ ਉਹਨਾਂ ਨੇ ਵਿਰਾਸਤ ਦੇ ਵਿੱਚ ਸਾਨੂੰ 3.5 ਲੱਖ ਕਰੋੜ ਦਾ ਕਰਜ਼ਾ ਸਾਨੂੰ ਵਿਰਾਸਤ 'ਚ ਦੇ ਕੇ ਗਏ ਆ। ਪਰ ਮੈਂ ਫਿਰ ਵੀ ਬਹਾਦਰੀ ਗਣਾਂਗਾ ਮਾਨ ਸਾਹਿਬ ਦੀ ਕਿ ਇੰਨਾ ਕਰਜ਼ਾ ਹੋਣ ਦੇ ਬਾਵਜੂਦ ਵੀ ਉਹ ਇੰਨੀਆਂ ਸਹੂਲਤਾਂ ਜਿਹੜੀਆਂ ਨੇ ਪੰਜਾਬ ਦੇ ਲੋਕਾਂ ਨੂੰ ਦੇ ਰਹੇ ਆ
और दूजा जिहड़ा करजा वा वह भी जिहड़ा वा वह लाया जा रहा पंजाब की आमदनी विच जिहड़ा वा वह वाधा किया जा रहा वा और हौली हौली वह समा दूर नहीं जदों आमदनी पंजाब की जिहड़ी आ वह इन्नी वध जाऊगी इन्ना बजट दे ही समर्थ हो जाएंगे कि पंजाब दीआं जिहड़ीआं बीबियां ने उहनां नूं 1000-1000 रुपया देना जिहड़ा शुरू हो जाए। मैं पंजाब के नौजवानों नूं मैसेज देना चाहवांगा कि तुसीं वध तों वध इन्हां खेडां दे विच शमूलीयत करो और जिहड़ा पंजाब दा खेडां दा सभ्याचार सी पुराना पिंडां दे विच जिहड़ा सीगा उहनूं असीं बहाल करिए और ये नौजवान जिहड़े आ ये एक पनीरी बन गए इन्हां नूं एक प्लेटफॉर्म मिलेगा इन्हां दी रैकग्निशन होगी जदों ये आपो अपने जिहड़े खेडां दे विच जित के आउणगे और इन्हां नूं फिर प्रोपर कोचां वल कोचिस तों जिहड़ा वा उह ट्रेनिंग दित्ती जाऊगी ਤਾਂ ਕਿ ਇਹ ਫਿਰ ਗਾਂ ਸਾਡਾ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਇਹ ਖਿਡਾਰੀ ਬਣ ਸਕਣ ਔਰ ਓਲੰਪਿਕ ਦੇ ਮੈਡਲ ਜਿਹੜੇ ਆ ਉਹ ਹਿੰਦੁਸਤਾਨ ਦੀ ਝੋਲੀ 'ਚ ਲਿਆ ਸਕਣ।